ਹੱਸਦੇ ਨੇ। ਉਹਨਾਂ ਨੇ ਮੁੰਡੇ ਨੇ ਆਪਣੇ ਨੰਬਰ ਬਣਾਉਣ ਵਾਸਤੇ ਜੀ ਮਾਸਟਰ ਨੂੰ ਦੱਸਤਾ ਵੀ ਜੀ ਦੋਵੇਂ ਹੱਸਦੇ ਨੇ ਥੋੜ੍ਹੀ ਨਕਲ ਲਾਉਂਦੇ ਨੇ। ਅਗਲੇ ਦਿਨ ਮਾਸਟਰ ਜੀ ਆਏ, ਅਸੀਂ ਫਿਰ ਵੀ ਸ਼ੁਰੂ ਕਰਤਾ ਜੀ ਆਪਣਾ ਕੰਮ। ਮਾਸਟਰ ਜਾਨ ਕਹਿੰਦੇ ਖੜ੍ਹੇ ਹੋ ਜਾਓ। ਉਹ ਮਾਸਟਰ ਇਹ ਨਹੀਂ ਕਹਿ ਸਕਦਾ ਮੇਰੀ ਨਕਲ ਲਾਉਂਦੇ, ਤੁਸੀਂ ਸਾਨੂੰ ਖੜ੍ਹੇ ਕਰ ਲਏ ਜਵਾਨ। ਚਲੋ ਇੱਧਰ ਆ ਜਾਓ, ਬਾਹਰ ਆ ਜਾਓ। ਬੈਂਚ ਹੁੰਦੇ ਸੀ, ਬਾਹਰ ਆ ਜਾਓ, ਆਪਣੇ ਕੋਲੇ ਟੇਬਲ ਕੁਰਸੀ ਖੜਾ ਲਏ। ਗੁਰੂ ਜੀ ਫਿਰ ਸ਼ਰਾਰਤ ਕਰਨ ਲੱਗ ਕੇ, ਫਿਰ ਉਹਨਾਂ ਨੂੰ ਇੱਦਾਂ ਦੇ ਕਰਤਾ, ਮੈਂ ਵੀ ਇੱਦਾਂ ਕਰਤਾ, ਸਾਡੀ ਫਿਰਾਸੀ ਨਿਕਲ ਗਈ। ਕਹਿੰਦੇ ਮੁਰਗਾ ਬਣੋ। ਮੈਂ ਅਤੇ ਗੁਰੂ ਜੀ ਨੇ ਜੀ ਲੱਤਾਂ ਨੇ ਜੋ ਕੰਨ ਫੜੇ ਹੋਏ, ਬਣਾ ਦਾ ਮੁਰਗਾ ਕਲਾਸ 'ਚ। ਉਹ ਗੁਰੂ ਜੀ ਕਲਾਸ 'ਚ ਵੀ ਕਹਿੰਦੇ ਸ਼ੋਰ ਵੀ ਕਿਹੀ ਚਲੋ, ਆਪਾਂ ਨਾ ਕਰਨਾ ਉਹਨੂੰ ਨਹੀਂ ਕਰਨਾ ਜੀ, ਮਾਸਟਰ ਜੀ ਸਾਨੂੰ ਤੰਗ ਕਰਦਾ। ਮਾਸਟਰ ਨੂੰ ਸਾਨੂੰ ਕੀ ਪਤਾ, ਮਾਸਟਰ ਨੂੰ ਪਤਾ ਲੱਗ ਗਿਆ ਗੱਲ ਦਾ। ਉਹ ਜੀ ਮਾਸਟਰ ਨੇ ਸਾਨੂੰ ਨਾ ਬਾਹਰ ਲੈ ਗਿਆ, ਮਤਲਬ ਕਿ ਧੁੱਪ 'ਚ ਗਰਾਊਂਡ 'ਚ, ਸਾਰਿਆਂ ਦੇ ਸਕੂਲ ਸਾਰੇ ਸਕੂਲ ਸਾਹਮਣੇ ਮੁਰਗਾ ਬਣਾਉਂਦੇ। ਬਣਾਇਆ ਜੀ ਕੀ ਕਰਦੇ, ਦੋ ਜਾਣੇ ਸੀ ਗਰਾਊਂਡ 'ਚ ਬਣੇ ਹੋਏ ਮੁਰਗੇ, ਸਾਰੀ ਸਕੂਲ ਦੇਖ ਰਿਹਾ। ਚਲੋ ਫਿਰ ਆਈ ਗਿਆ, ਮੈਂ ਉੱਥੇ ਮਾਸੀ ਕੋਲ ਗਿਆ। ਮੈਂ ਕਿਹਾ ਮਾਸੀ ਤੁਸੀਂ, ਗੁਰੂ ਜੀ ਨੇ ਕਹਿੰਦੇ ਗੁਰੂ ਜੀ ਨੇ ਇਹਨਾਂ ਨੇ ਮੇਰਾ ਕਲਿਆਣ ਕਰਤਾ, ਮੇਰੀ ਉਮਰ 85 ਸਾਲ ਤੋਂ ਉੱਤੇ ਹੋ ਗਈ, ਅੱਜ ਮੈਂ ਭੱਜਿਆ। ਕੋਈ ਕਮੀ ਨਹੀਂ, ਮੈਨੂੰ ਲੋਕ ਮੇਰੇ ਨਾਲ ਦੀ ਦੁਨੀਆਂ ਤੋਂ ਚਲੇ ਗਏ, ਪਰ ਇਹਨਾਂ ਦੇ ਸ਼ੀਰਵਾਦ ਨਾਲ ਮੈਨੂੰ ਕੋਈ ਕੌਣ। ਮੈਂ ਤੁਸੀਂ ਜਾਣਦੇ ਨਹੀਂ ਇਹਨਾਂ ਨੂੰ ਕੌਣ ਨੇ, ਕਹਿੰਦੀ ਗੁਰੂ ਜੀ ਨੇ ਬਸ। ਮੈਂ ਕਿਹਾ ਤੁਸੀਂ ਜਾਣਦੇ ਉਹਨਾਂ ਨੂੰ,